ਇਹ 2 ਵਜੇ ਫਿਰ ਇਹਨਾਂ ਨੂੰ ਕਣੀ ਪੈ ਗਈ ਕੋਈ, ਫਿਰ ਇਹਨਾਂ ਨੂੰ ਚੇਤਾ ਆ ਗਿਆ ਕਿਤੇ, ਫਿਰ ਆਖਿਰ ਕੁਛ ਬੂ ਕਿੱਥੇ ਵੇ, ਮੈਂ ਫਿਰ ਗਾਣਾ ਲਾ ਕੇ ਥੋੜ੍ਹਾ ਥੋੜ੍ਹਾ ਇੰਜਨ ਕੀਤਾ ਕਿ ਭੁੱਲੇ ਰਹਿਣ, ਠੀਕ ਹੈ। ਫਿਰ ਭਾਈ ਜਾਨ ਸਿਸਟਮ ਖਰਾਬ ਹੋਇਆ ਥੋੜ੍ਹਾ ਜਿਹਾ, ਰਾਤੀ 3 ਵਜੇ ਨੇ। ਅੱਛਾ। ਤੇ ਮੈਂ ਯੂਕੇ ਮੈਂ ਆਖਿਆ ਬੈਜ ਲਾਨੇ ਆ ਯੂਕੇ ਵਾਲਾ, ਇਹਨਾਂ ਇਹ ਆਖਿਰ ਸਾਨੂੰ ਗੱਲ ਨਾ ਵਰਤਾ ਤੇ ਤੂੰ ਆਗਾ ਨੱਚ। ਅੱਛਾ। ਮੈਂ ਆਖਿਆ ਯਾਰ ਬੰਦੇ ਛੱਡੂ ਨਹੀਂ, ਮੈਂ ਖੁਦਾਂ ਵੇਖਿਆ, ਮੈਂ ਖੁਸ਼ਬੂ ਆਉਣ ਉਹਨੂੰ ਬੁਲਾਓ ਯਾਰ, ਇੱਕ ਗੱਲ ਲਈ ਯਾਰ, ਠੀਕ ਹੈ। ਮੈਂ ਕਿਹਾ ਬਈ ਜਿਹੜਾ ਕੰਮ ਹੈ ਮਨਸਦ ਮਕਸੂਦ ਤੇ ਸਿੱਧਾ ਪਹੁੰਚੋ, ਠੀਕ ਹੈ, ਮੈਨੂੰ ਜੋ ਨਚਾ ਨਚਾ ਮਾਰ ਛੱਡਣ ਲੱਗੇ ਹੋ ਉਹਨੂੰ ਹੀ ਬੁਲਾ ਲਓ, ਆਹੋ ਅਗਲੀ ਕੰਮ ਕਰਦੀ ਵਿੱਚੋਂ, ਹੈ ਨਾ, ਹੈ ਨਾ। ਮੇਰੀ ਚੋਂਡ ਛਡਾ ਇਹਨਾਂ ਕੋਲੋਂ, ਤੇਰੀ ਬੜੀ ਮਿਹਰਬਾਨੀ ਹੈ ਯਾਰ, ਇਹ ਸਵੇਰ ਤਾਂ ਮੈਨੂੰ ਤੀਸਰੀ ਵਾਰੀ ਨਚਾਇਆ ਇਹਨਾਂ ਨੇ, ਠੀਕ ਹੈ, ਮੈਂ ਪਿਆ ਇੰਜ ਕਰ ਲਾਂਗੇ ਯਕੀਨ ਮੰਨ, ਆਹੋ ਇੱਕ ਗੱਲ ਲਈ ਯਾਰ, ਤੁਸੀਂ ਡਾਂਸ ਕੀਤਾ ਸਟੇਜ ਤੇ ਅੱਜ, ਹਾਂ ਕੋਸਾ ਕੋਸਾ ਦੁੱਧ ਪੀ ਲੈ ਸਜਣਾ, ਨਹੀਂ ਇੱਥੇ ਨੀ ਕਰਨਾ, ਇੱਥੇ ਨਹੀਂ, ਇੱਥੇ ਨਹੀਂ, ਸ਼ਰੀਫ ਨੇ, ਇਹਨਾਂ ਨੂੰ ਬਸ ਇੰਨਾ ਪਤਾ ਵੀ ਡਬਲ ਟੈਪ ਕਿਵੇਂ ਕਰਨਾ ਤੇ ਕਿੱਥੇ ਕਰਨਾ ਤੇ ਕਿਹੜੀ ਫੋਟੋ ਤੇ ਕਰਨਾ, ਠੀਕ ਹੈ। ਮੇਰੀ ਫੋਟੋ ਕਿਸੇ ਵੀ ਪੇਜ ਤੇ ਲੱਗੀ ਹੋਵੇਗੀ ਉਹਦੇ ਉੱਤੇ ਡਬਲ ਟੈਪ ਕਰਕੇ ਲੱਗਣਗੇ, ਠੀਕ ਹੈ, ਸਮਝ ਆਈ, ਕਿਸੇ ਦੀ ਵੀ ਆਈ ਡੀ ਤੇ ਲੱਗੀ ਹੋਣਗੀ ਉਹਨੂੰ ਲਾਈਕ ਕਰਕੇ ਲੰਘਦੇ ਨੇਗਾ, ਬੜੇ ਵੇਖ ਨਾ, ਹਾਂਜੀ ਇਹ ਗੇਮ, ਆਹੋ। ਤੇ ਬਾਕੀ ਰਹੀ ਇਹ ਹੁਣ ਗਾਣਾ ਆਪਾਂ ਕਿਹੜਾ ਡਿਸਾਈਡ ਕਰਨਾ ਪੈਂਦਾ, ਜ਼ਰਾ ਦੱਸੋ ਨੀਚੇ ਬਤਾ ਦੇ, ਕਿਉਂਕਿ ਉਸਕੀ ਪਨਿਸ਼ਮੈਂਟ ਰਹਿਤੀ ਹੈ, ਕਰ ਲਏਗੀ ਪੂਰੀ ਭਾਈ ਕਰ ਲਏਗੀ, ਪਤਲੂ ਅਸੀਂ ਸੌਂਗ ਪਏ ਇਸੀ ਸੌਂਗ ਪਏ, ਨਹੀਂ ਮਾੜੀ ਗੱਲ ਏ, ਮਾੜੀ ਗੱਲ ਏ, ਐਸੀ ਨਹੀਂ, ਕੋਸਾ ਕੋਸਾ ਇਹੋ ਜਿਹੇ ਸੌਂਗ ਸੁਣਾਈ ਤਾਂ ਸਹੀ ਹੋ, ਕਿਹੜਾ ਲਾ ਕੇ ਵੇਖਾਂ ਨਾ, ਮੈਂ ਵੈਸੇ ਲਾ ਕੇ ਚੈੱਕ ਕਰਨ ਲੱਗਾ ਕਿਹੜਾ ਸੌਂਗ, ਲਿਖ ਲਓ ਜੋ ਬਤਾਏ ਸੌਂਗ ਨਾਮ, ਕੋਸਾ ਦੁੱਧ ਅੱਜ ਪੀ ਲੈ ਸਜਣਾ, ਕੋਸਾ 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 ਦੁੱਧ ਅੱਜ ਪੀ ਲੈ ਸਜਣਾ, ਖੁਸ਼ਬੂ ਖੁਸ਼ਬੂ, ਰਿਕਾਰਡ ਵੀ ਹੋਇਆ ਗਾਣਾ, ਹਾਂ ਨਾ, ਕੋਸਾ ਕੋਸਾ ਦੁੱਧ ਅੱਜ ਪੀ ਲੈ ਸਜਣਾ, ਕੋਸਾ ਕੋਸਾ ਦੁੱਧ ਪੀ ਲੈ ਅੱਜ ਸਜਣਾ ਖੁਸ਼ਬੂ, ਖੁਸ਼ਬੂ ਸਾਹਿਬ ਇੱਥੇ ਕੀ ਕਰੋ, ਇਹ ਆਫਰੀਨ ਡਿੱਗਦੀ ਨੀ ਮੂੰਹ ਭਰਨੇ, ਇਹਦਾ ਵੀ ਗਾਣਾ ਆਇਆ ਵਿੱਚ, ਆਫਰੀਨ ਦਾ ਵੀ ਬੜਾ ਨਾ, ਆਫਰੀਨ ਯਕੀਨ ਮੰਨ ਡਿੱਗ ਪਵੇ ਯਕੀਨ ਮੰਨ ਮੂੰਹ ਭਰ, ਉਹ ਤੁਹਾਡੀ ਭੈਣ ਦੀ ਸੀ, ਇਹ ਤੁਸੀਂ ਓਲਪੁਰ ਦਾ ਓਲਪੁਰ ਦਾ ਡੱਬਾ ਵੀ ਫੜਿਆ ਹੱਥ 'ਚ ਅਤੇ ਉਹਦੇ ਜੋਗੋ ਤੁਸੀਂ ਪਤੀਲੀ 'ਚ ਵੀ ਪਾ ਰਹੇ ਹੋ ਦੁੱਧ ਕੱਢ ਕੇ, ਓਏ ਹੋਏ ਹੋਏ ਹੋ ਇੱਥੇ ਕੀਤਾ ਤੇ ਮੁਲਕ 'ਤੇ ਮਰ ਜਾਣਾ, ਇੱਕ ਗੱਲ ਏ ਆਇਆ ਪਤਲੂ ਬੜਾ ਮਜ਼ਾ ਆਇਆ ਅੱਜ ਗਾਣੋ ਕਾ ਪੀ ਗੰਗਾ, ਇੱਥੇ ਭਾਈ ਜਾਨ ਇੱਥੇ ਉਹ ਕੀਤਾ ਨਾ ਕੁੜਤੀ ਦੇ ਥੱਲੇ ਅੱਗ ਇਸ਼ਕੇ ਦੀ ਬੱਲੇ, ਓਏ ਹੋਏ ਹੋਏ ਹੋਏ, ਅੱਛਾ ਅੱਜ ਅੱਜ ਤੁਹਾਡਾ ਫੇਵਰੇਟ ਗਾਣਾ ਕਿਹਦੇ ਦੀ, ਜਿਹਦੇ 'ਤੇ ਨਾ ਵੇਖੋ ਗੱਲ ਪਨਿਸ਼ਮੈਂਟ ਦੀ ਨਹੀਂ, ਅਸੀਂ ਪਨਿਸ਼ਮੈਂਟ ਨਹੀਂ ਆਖਣੀ ਕਿਉਂਕਿ ਤੂੰ ਸਾਡੀ ਸਟਾਰ ਏ, ਤੈਨੂੰ ਪਨਿਸ਼ਮੈਂਟ ਅਸੀਂ ਕਿਉਂ ਆਖੀਏ, ਇੱਕ ਗੱਲ ਹੈ ਯਾਰ, ਥੈਂਕ ਯੂ, ਅੱਛਾ ਕਿਉਂਕਿ ਤੂੰ ਸਾਨੂੰ ਨਾ ਅੱਜ ਪਰਫਾਰਮੈਂਸ ਇੱਕ ਵਹਾ ਦੇ ਬੜ ਮੱਠੀ ਜੀ ਸੱਕ ਭਾਈ, ਥੈਂਕ ਯੂ, ਤੂੰ ਸਾਨੂੰ ਸਰ ਪਰਫਾਰਮੈਂਸ ਬਸ ਵਹਾਣੀ ਹੈ, ਅਸੀਂ ਤੈਨੂੰ ਪਨਿਸ਼ਮੈਂਟ ਨਹੀਂ ਦੇਣੀ ਕਿਉਂਕਿ ਤੂੰ ਫਰੈਂਡ ਹੈ ਯਾਰ, ਫਰੈਂਡਾਂ ਨੂੰ ਪਨਿਸ਼ਮੈਂਟ ਨਹੀਂ ਦੇਈਦੀ, ਅੱਛਾ ਠੀਕ ਹੈ, ਅਤੇ ਤੇਰੀ ਜਿਹੜਾ ਹਿਸਾਬ ਤਾ ਸਾਡੇ ਨਾਲ ਬਰਾਬਰ ਨੇ, ਤੂੰ ਸਾਡਾ ਕਲੀਅਰ ਕਰ ਭਾਈ, ਤੇਰਾ ਸਾਡਾ ਤੂੰ ਸਾਡਾ ਹਿਸਾਬ ਕਰ ਅੱਜ ਤੂੰ ਅੱਜ, ਠੀਕ ਹੈ। ਅੱਛਾ ਮੈਂ ਵੀ ਕੋਈ ਕਹਿ ਰਹਾ ਸੀ ਕਿ ਪਤਲੂ ਨਾ ਫਰੋਡ ਪੇ ਨਹੀਂ ਹੈ, ਤੂੰ ਮੈਨੂੰ ਨਾ ਨੀਚੇ ਨਾ ਕੁਐਸਚਨ ਆਏ ਜਾ ਰਹੇ ਨਾ, ਤਾਂ ਮੈਂ ਕਹਿ ਰਹੀ ਉਹ ਫਰੋਡ ਪੇ ਨਹੀਂ ਹੈ, ਜਬ ਆਏਗਾ ਤਾਂ ਫਿਰ ਦੇਖੀ ਜਾਏਗਾ। ਸ਼ਾਮ ਸਾਹਿਬ ਵੈਲਕਮ, ਨਹੀਂ ਨਹੀਂ ਵੇਖੋ ਜੀ, ਥੈਂਕ ਯੂ, ਤੁਸੀਂ ਨਾ ਵੀ ਮੇਰ ਹੋ ਜੇ, ਮੈਂ ਨਾ ਮੈਚ ਲਾਇਆ ਸੀ, ਤੁਸੀਂ ਕਿਹਾ ਸੀ ਚਾਂਦ ਰਾਤ ਵਾਲੇ ਦਿਨ ਤੇਰੀ ਪਨਿਸ਼ਮੈਂਟ ਕਰਾਂਗੀ ਡਾਂਸ, ਹਾਂ ਤਾਂ ਮੈਂ ਵੀ ਐਗਰੀ ਹੂੰ, ਤੇਰਾ ਮੇਰਾ ਹਿਸਾਬ ਰਹਿ ਗਿਆ ਅੱਜ ਅੱਜ ਦੇ ਦਿਨ ਦਾ ਹਿਸਾਬ ਹੈ, ਵੇਖਣਾ ਅੱਗੋਂ ਆਪਾਂ ਨਵੇਂ ਸੌਦੇ ਖੋਲ ਲੈਣ, ਨਵੇਂ ਆਪਣਾ ਖਾਤਾ ਖੋਲਣਾ ਹੈ ਨਾ,
ਕੋਈ ਉਧਾਰ ਨਹੀਂ, ਇਹ ਪਹਿਲਾ ਬ੍ਰੋਡਕਾਸਟ ਹੈ ਜਿਹਦਾ ਪਨਿਸ਼ਮੈਂਟ ਉਧਾਰ ਕਰ ਲੈਂਦਾ। ਠੀਕ ਹੈ, ਸਾਡਾ ਉਧਾਰ ਵੀ ਟਿਕਟੋਕ 'ਤੇ ਚੱਲਦਾ। ਇੱਕ ਗੱਲ ਹੈ, ਹਾਂ ਠੀਕ ਹੈ ਜੀ, ਅਤੇ ਕਿਹੜਾ ਗਾਣਾ ਲਾਈਏ ਜੀ? ਕੋਈ ਧੀਮੀ ਆਂਚ ਕਾ ਲਗਾ ਦਿਓ। ਬੱਚੀ ਥੱਕੀ ਥੱਕੀ ਨਹੀਂ ਹੋਈ, ਹਾਂ ਅਗਰ ਖੁੱਲੀ ਨਾ ਤੇ ਫਿਰ ਬ੍ਰੋਡ ਮੇਰੀ ਬੰਦ ਹੋ ਜਾਣੀ। हम चाहते हैं तुम्हारी ब्रोड जरा एक दफा बंद हो, पता कैसे होती है, हम दोबारा ओपन कर लेंगे। खुशबू जगीत बंद वेख, थैंक यू मियू, वेख ये कोई चीज मतलब करती, क्योंकि तेरा ही शुभ है, ठीक है, तेरा ही काम है। हां जी, तू सानू आज असी असी पता उथे वे उथे भी ते वेखने ही ना स्टेज ते। हां हां, हाल च किन्ने बंदे बैंदे ने? कम से कम 1000 से ऊपर। ਇੱਥੇ 3700 ਬੰਦਾ ਪਿਆ ਬਹਿੰਦਾ ਤੈਨੂੰ ਅਜੇ, ਅਤੇ ਪਹਿਲਾ ਮੈਚ ਹੈ ਮੇਰਾ, ਅਤੇ ਉਹ 4-5 ਹਜ਼ਾਰ ਦੀ ਇੱਕ ਸੀਟ ਲੈਂਦੇ ਨੇ ਦੇਖਣ ਵਾਸਤੇ, ਅਤੇ ਇੱਥੇ ਅੱਜ ਉਹ ਨਹੀਂ ਨਹੀਂ ਇੱਕ ਉਹ ਫਰੰਟ ਦੀ ਹੁੰਦੀ ਹੈ, ਉਹ ਸਿੱਧਾ ਫਰੰਟ ਦੀ, ਅਤੇ ਪਿਛਲੀਆਂ ਸੀਟਾਂ 700-700 ਰੁਪਏ ਵਾਲੀਆਂ ਵੀ ਹੁੰਦੀਆਂ। ਠੀਕ ਹੈ, 700 ਵਾਲਾ ਦੌਰ, ਉਹ ਨਹੀਂ ਕਿਉਂ ਨਹੀਂ ਦੌਰ, ਇੱਥੇ ਤਾਂ ਹੈਗਾ ਜਿਹੜਾ ਅਮਰੀਕਾ 'ਚ ਗੱਲ ਲੱਗਿਆ ਇੱਥੇ ਛੱਡ ਦੇ। ਉਸ ਸਾਈਡ 'ਤੇ ਨਾ ਲਾਹੌਰ ਮੇਂ ਨਹੀਂ ਹੈ, ਲਾਹੌਰ ਮੇਂ ਮਹਿੰਗੀ ਟਿਕਟ ਵਿਕਤੀ ਹੈ, ਜੋ ਦੂਸਰੀ ਸਾਈਡ ਹੈ ਨਾ ਵਹਾਂ ਪੇ ਸਸਤੀ ਵਿਕਤੀ ਹੈ। ਚਲੋ ਠੀਕ ਹੈ, ਵੇਖੋ ਇੱਥੇ ਇੱਕ ਬੰਦਾ ਵੀ ਲੱਖ ਲੱਖ ਡੈਮੰਡ ਮਾਰ ਜਾਂਦਾ, ਵੈਲਕਮ ਫੁੱਲ ਟੋਨ, ਠੀਕ ਹੈ, 2-2 ਲੱਖ ਮਾਰ ਜਾਂਦਾ, ਅਤੇ 2 ਲੱਖ ਡੈਮੰਡ ਜਦੋਂ ਬੰਦਾ ਬਾਏ ਕਰਦਾ ਨਾ 4-5 ਲੱਖ ਦਾ ਹੁੰਦਾ, ਠੀਕ ਹੈ, ਇੱਥੇ 5-4-5 ਲੱਖ ਰੁਪਈਆ ਇੱਕ ਇੱਕ ਬੰਦਾ ਮਾਰਨ ਵਾਲਾ,